ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਹੋਰ ਗੀਤ ਦਾ ਇੰਤਜ਼ਾਰ ਜਲਦ ਖਤਮ ਹੋਏਗਾ, ਪਰ ਸਿੱਧੂ ਦਾ ਇਹ ਗੀਤ ਇੱਕ ਇੰਟਰਨੈਸ਼ਨਲ ਸਟਾਰ ਦੇ ਨਾਲ ਰਿਲੀਜ਼ ਹੋਏਗਾ। ਜੀ ਹਾਂ, ਸਿੱਧੂ ਮੂਸੇਵਾਲਾ ਨੇ ਕਈ ਇੰਟਰਨੈਸ਼ਨਲ ਸਾਜ਼ ਦੇ ਨਾਲ ਕੋਲੈਬੋਰੇਟ ਕੀਤਾ ਤੇ ਕਈ ਕਲਾਕਾਰਾਂ ਦੇ ਨਾਲ ਸਿੱਧੂ ਦੀ ਕੋਲੈਬੋਰੇਸ਼ਨ ਕਰਨ ਦੀ ਇੱਛਾ ਸੀ ਜੋ ਪੂਰੀ ਨਹੀਂ ਹੋ ਸਕੀ। ਡਰੇਕ ਦੇ ਨਾਲ ਸਿੱਧੂ ਮੂਸੇਵਾਲਾ ਇੱਕ ਗੀਤ ਕਰਨਾ ਚਾਹੁੰਦੇ ਸੀ, ਪਰ ਸਿੱਧੂ ਦੇ ਜਿਉਂਦੇ ਜੀ ਤਾਂ ਇਹ ਨਹੀਂ ਹੋ ਸਕਿਆ। ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਰੇਕ ਸਿੱਧੂ ਦੇ ਕਿਸੇ ਗੀਤ ਦੇ ਵਿੱਚ ਕੋਲੈਬੋਰੇਟ ਕਰ ਸਕਦੇ ਨੇ। ਪਰ ਇੱਕ ਕੋਲੈਬੋਰੇਸ਼ਨ ਸਿੱਧੂ ਮੂਸੇਵਾਲਾ ਨੇ ਕੀਤਾ ਸੀ ਇੰਟਰਨੈਸ਼ਨਲ ਸਿੰਗਰ ਸਟੈਫ ਲੰਡਨ ਦੇ ਨਾਲ। ਜੀ ਹਾਂ, ਸਟੈਫ ਲੰਡਨ ਜੋ ਕਿ ਇੰਟਰਨੈਸ਼ਨਲੀ ਬਹੁਤ ਜ਼ਿਆਦਾ ਫੇਮਸ ਹੈ, ਬਹੁਤ ਸਾਰੇ ਗੀਤ ਸਟੈਫ ਲੰਡਨ ਦੇ ਸੁਪਰ ਡੁਪਰ ਹਿੱਟ ਨੇ ਤੇ ਇੱਕ ਤਕੜੀ ਫੈਨ ਫੋਲੋਇੰਗ ਇੰਡੀਆ ਦੇ ਵਿੱਚ ਵੀ ਹੈ। ਤੇ ਸਟੈਫ ਲੰਡਨ ਇੰਡੀਆ ਦੇ ਵਿੱਚ ਤਦ ਸੁਰਖੀਆਂ ਦੇ ਵਿੱਚ ਆਏ ਸੀ ਜਦ ਉਸਨੇ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਸ਼ਿਰਕਤ ਕੀਤੀ ਸੀ। ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਸਟੈਫ ਲੰਡਨ ਸਿੱਧੂ ਦੇ ਪਿੰਡ ਗਈ ਸੀ ਜਿੱਥੇ ਕਿ ਉਸਨੇ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇੱਥੇ ਆ ਕੇ ਸਟੈਫ ਨੇ ਇੱਕ ਗੀਤ ਵੀ ਸ਼ੂਟ ਕੀਤਾ ਸੀ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦਾ ਰਿਕਾਰਡ ਗੀਤ ਸੀ। ਗਾਣੇ ਦਾ ਟਾਈਟਲ ਹੈ ਡਾਇਲੇਮਾ। ਸਟੈਫ ਲੰਡਨ ਨੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਪਿੰਡ ਦੀ ਝਲਕ ਨਜ਼ਰ ਆ ਸਕਦੀ ਹੈ ਤੇ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਸ਼ਾਰਟਸ ਵੀ ਨਜ਼ਰ ਆ ਰਹੇ ਨੇ। ਗਾਣੇ ਨੂੰ ਸਿੱਧੂ ਦੇ ਪਿੰਡ ਦੇ ਵਿੱਚ ਹੀ ਸ਼ੂਟ ਕੀਤਾ ਗਿਆ ਤੇ ਸ਼ਾਰਟਸ ਦੇਖ ਕੇ ਐਕਸਾਈਟਮੈਂਟ ਵੱਧ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਫਿਲਮਾਇਆ ਗਿਆ, ਕਿਉਂਕਿ ਸਿੱਧੂ ਦਾ ਪਿੰਡ ਤੇ ਸਿੱਧੂ ਦੇ ਲੋਕ ਇਸ ਟੀਜ਼ਰ ਦੇ ਵਿੱਚ ਨਜ਼ਰ ਆ ਰਹੇ ਨੇ। ਡਾਇਲੇਮਾ ਸੌਂਗ ਕੈਸਾ ਹੋਏਗਾ ਇਸ ਦਾ ਇੰਤਜ਼ਾਰ ਸਭ ਨੂੰ ਹੈ। ਇਸ ਦੇ ਨਾਲ ਹੀ ਸਟੈਫ ਲੰਡਨ ਨੇ ਇੱਕ ਸਰਪ੍ਰਾਈਜ਼ ਵੀ ਦਰਸ਼ਕਾਂ ਲਈ ਰੱਖਿਆ। ਹਾਲਾਂਕਿ ਸਟੈਫ ਲੰਡਨ ਦੀ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ, ਪਰ ਡਾਇਲੇਮਾ ਸੌਂਗ ਦਾ ਟੀਜ਼ਰ ਉਹਨਾਂ ਨੇ ਪਹਿਲਾਂ ਹੀ ਪੋਸਟ ਕਰ ਦਿੱਤਾ ਤੇ ਇੱਕ ਸਰਪ੍ਰਾਈਜ਼ ਫੈਨਸ ਲਈ ਰੱਖਿਆ। ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਸਟੈਫ ਲੰਡਨ ਨੇ ਕਿਹਾ ਹੈ ਕਿ 100K ਕਮੈਂਟ ਆਉਣ ਉੱਤੇ ਡਾਇਲੇਮਾ ਸੌਂਗ ਰਿਲੀਜ਼ ਕਰ ਦਿੱਤਾ ਜਾਏਗਾ ਤੇ ਦੇਖਦੇ ਹੀ ਦੇਖਦੇ 1,10,000 ਕਮੈਂਟ ਇਸ ਟੀਜ਼ਰ ਉੱਤੇ ਹੋ ਵੀ ਗਏ ਨੇ ਤੇ ਹੋ ਸਕਦਾ ਹੈ ਕਿ ਸਟੈਫ ਲੰਡਨ ਜਲਦੀ ਇਸ ਗਾਣੇ ਨੂੰ ਰਿਲੀਜ਼ ਕਰ ਦੇਵੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ 100K ਕਮੈਂਟ ਤੋਂ ਬਾਅਦ ਡਾਇਲੇਮਾ ਸੌਂਗ ਕਿੰਗ ਸਿੱਧੂ ਮੂਸੇਵਾਲਾ ਦੇ ਨਾਲ ਰਿਲੀਜ਼ ਕੀਤਾ ਜਾਏਗਾ ਤੇ ਉਹ ਗੀਤ ਤੁਹਾਡਾ ਹੋ ਜਾਏਗਾ। ਸੋ 100K ਤੋਂ ਵੀ ਜ਼ਿਆਦਾ ਕਮੈਂਟ ਹੋ ਚੁੱਕੇ ਨੇ ਤੇ ਸਟੈਫ ਲੰਡਨ ਵੱਲੋਂ ਜਲਦੀ ਇਹ ਗੀਤ ਰਿਲੀਜ਼ ਕੀਤਾ ਜਾਏਗਾ। ਹਾਲਾਂਕਿ ਸਟੈਫ ਦੀ ਪੂਰੀ ਐਲਬਮ 28 ਜੂਨ ਨੂੰ ਰਿਲੀਜ਼ ਹੋਏਗੀ, ਪਰ ਉਸ ਤੋਂ ਪਹਿਲਾਂ ਫੈਨਸ ਨੂੰ ਇੰਤਜ਼ਾਰ ਹੋਏਗਾ ਸਟੈਫ ਦੇ ਗੀਤ ਡਾਇਲੇਮਾ ਦਾ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਆਏਗਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।